ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਨਿਰਮਲ ਸੰਧੂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਪਾ ਲੈਂਦੇ ਹਾਂ ਮਹਾਰਾਸ਼ਟਰ ਦੇ ਪਹਿਲੇ ਮੁੱਖ ਮੰਤਰੀ ਵਜੋਂ ਦਵਿੰਦਰ ਫੜਨਵੀਸ ਦੀ ਅੱਜ ਹੋਵੇਗੀ ਤਾਲਪੋਸ਼ੀ 10 ਹੋਰ ਮੰਤਰੀ ਵੀ ਚੁੱਕ ਸਕਦੇ ਨੇ ਸਹੁੰ ਸ਼ਿਵ ਸੈਨਾ ਨੇ ਕੀਤਾ ਬਾਈਕਾ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਨ ਫਾਰ ਯੂਨਿਟੀ ਨੂੰ ਦਿਖਾਈ ਹਰੀ ਝੰਡੀ ਇੰਦਰਾ ਗਾਂਧੀ ਨੂੰ ਵੀ ਕੀਤਾ ਗਿਆ ਯਾਦ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਬਣੇਗੀ ਯਾਦਗਾਰ ਕੱਲ੍ਹ ਤੋਂ ਸ਼ੁਰੂ ਹੋਵੇਗਾ ਉਸਾਰੀ ਦਾ ਕੰਮ ਅਤੇ ਮਹਿੰਗਾਈ ਦੇ ਦੌਰ ਵਿੱਚ ਆਮ ਜਨਤਾ ਦੇ ਲਈ ਚੰਗੀ ਖਬਰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦੀ ਅੱਜ ਹੋ ਸਕਦੀ ਹੈ ਕਮੀ ਜੀ ਬੁਲੇਟਿਨ ਦੀ ਤਫਸੀਲ ਤੇ ਸ਼ੁਰੂਆਤ ਕਰਦਿਆਂ ਸਿਆਸਤ ਨਾਲ ਜੁੜੀ ਖਬਰ ਤੋਂ ਮਹਾਰਾਸ਼ਟਰ ਵਿੱਚ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਬਣਨ ਜਾ ਰਹੇ ਦਵਿੰਦਰ ਫੜਨਵੀਸ ਦੇ ਲਈ ਅੱਜ ਮਹਾਰਾਸ਼ਟਰ ਦੇ ਵਾਨਖੇੜੇ ਸਟੇਡੀਅਮ 'ਚ ਇੱਕ ਵਿਸ਼ਾਲ ਸਹੁੰ ਚੁੱਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ ਫੜਨਵੀਸ ਮਹਾਰਾਸ਼ਟਰ ਦੇ 27ਵੇਂ ਅਤੇ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਦੇ ਰੂਪ ਵਿੱਚ ਅੱਜ ਸਹੁੰ ਚੁੱਕਣਗੇ ਜਿਸ ਵਿੱਚ ਫੜਨਵੀਸ ਦੇ ਨਾਲ 10 ਹੋਰ ਮੰਤਰੀ ਵੀ ਸਹੁੰ ਚੁੱਕ ਸਕਦੇ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪਾਰਟੀ ਦੇ ਕਈ ਵੱਡੇ ਨੇਤਾ ਤੇ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਸ਼ਾਮਲ ਹੋਣਗੀਆਂ ਗੌਰਤਲਬ ਹੈ ਕਿ ਸ਼ਿਵ ਸੈਨਾ ਇਸ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏਗੀ ਸ਼ਿਵ ਸੈਨਾ ਦਾ ਇਲਜ਼ਾਮ ਹੈ ਕਿ ਭਾਜਪਾ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦੇ ਰਹੀ ਜੀ ਉਧਰ ਲੋਹ ਪੁਰਸ਼ ਦੇ ਨਾਮ ਨਾਲ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਨ ਫਾਰ ਯੂਨਿਟੀ ਨੂੰ ਹਰੀ ਝੰਡੀ ਦਿਖਾਈ ਇਸ ਮੌਕੇ ਕਰੀਬ 15,000 ਲੋਕ ਵਿਜੇ ਚੌਕ ਵਿੱਚ ਮੌਜੂਦ ਸਨ ਦੌੜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਕੈਬਨਿਟ ਦੇ ਹੋਰ ਸਾਥੀਆਂ ਨੇ ਵੀ ਕਰੀਬ 2 ਕਿਲੋਮੀਟਰ ਤੱਕ ਦੌੜ ਵਿੱਚ ਹਿੱਸਾ ਲਿਆ ਪ੍ਰਧਾਨ ਮੰਤਰੀ ਨੇ ਦੌੜ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ ਇੱਥੇ ਮੌਜੂਦ ਲੋਕਾਂ ਨੂੰ ਸਹੁੰ ਚੁਕਾਈ ਅਤੇ ਐਲਾਨ ਕੀਤਾ ਕਿ ਇਹ ਦਿਨ ਅੱਜ ਤੋਂ ਬਾਅਦ ਏਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਏਗਾ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਯਾਦ ਕੀਤਾ ਸਰਦਾਰ ਪਟੇਲ ਨੂੰ ਯਾਦ ਕਰਦਿਆਂ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਸਰਦਾਰ ਪਟੇਲ ਤੋਂ ਬਿਨਾਂ ਅਧੂਰੇ ਸਨ ਅਤੇ ਅੱਜ ਉਨ੍ਹਾਂ ਦਾ ਹਿੰਦੁਸਤਾਨ ਉਨ੍ਹਾਂ ਦੀ ਹੀ ਦੇਣ ਹੈ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਪੂਰੇ ਦੇਸ਼ ਵਿੱਚ ਰਨ ਫਾਰ ਯੂਨਿਟੀ ਨਾਮ ਤੇ ਮਨਾਈ ਜਾ ਰਹੀ ਹੈ ਇਸੇ ਤਰ੍ਹਾਂ ਪੰਜਾਬ ਦੇ ਵੀ ਵੱਖ ਵੱਖ ਇਲਾਕਿਆਂ ਵਿੱਚ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਹਾੜਾ ਦੌੜ ਲਗਾ ਕੇ ਮਨਾਇਆ ਗਿਆ ਜਿਸ ਵਿੱਚ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਮੌਕੇ ਤੇ ਸਕੂਲ ਪ੍ਰਬੰਧਕਾਂ ਨੇ ਦੇਸ਼ ਵਾਸੀਆਂ ਨੂੰ ਇਕਜੁੱਟ ਹੋਣ ਅਤੇ ਸਰਦਾਰ ਵੱਲਭ ਭਾਈ ਪਟੇਲ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਅਪੀਲ ਵੀ ਕੀਤੀ सरदार वल्लभ भाई पटेल का जो एक संदेश था देश के नाम अखंड भारत उसी संदेश को प्रचारित करने के लिए एकत्रित हुए हैं उनके जो भी उनके हमारे को मैसेजेस थे उनका हमें पालन करना चाहिए और हमें अपने देश की प्रगति की तरफ अग्रसर रहते रहना ਜੀ ਉਧਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ 30ਵੀਂ ਬਰਸੀ ਮੌਕੇ ਕੱਲ੍ਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੰਪਲੈਕਸ ਵਿੱਚ ਯਾਦਗਾਰ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਇਹ ਯਾਦਗਾਰ ਸ਼ਾਂਤੀ ਸਰਬਧਰਮ ਅਤੇ ਸਦਭਾਵਨਾ ਨੂੰ ਆਪਣੇ ਹੀ ਸਮੇਟੇ ਹੋਏ ਗੈਰ ਸਿਆਸੀ ਵਿਚਾਰਧਾਰਾ ਦੀ ਹੋਏਗੀ ਅਤੇ ਇਹ ਯਾਦਗਾਰ ਦੀਵਾਰ ਨਵਾਂ ਹੋਏਗੀ ਜਿਸ 'ਤੇ ਦੰਗਿਆਂ ਦੌਰਾਨ ਮਾਰੇ ਗਏ ਲੋਕਾਂ ਦੇ ਨਾਮ ਉਲੀਖੇ ਜਾਣਗੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਵੀ ਵੱਖ ਵੱਖ ਸਿੱਖ ਜਥੇਬੰਦੀਆਂ ਉਚੇਚੇ ਤੌਰ ਤੇ ਪਹੁੰਚਣਗੀਆਂ 30 ਸਾਲ ਹੋਣ ਜਾ ਰਹੇ ਨੇ 1984 ਉਹਦੇ ਮੈਮੋਰੀਅਲ ਦੀ ਜਿਹੜੀ ਨੀਂਹ ਪੱਥਰ ਪਿਛਲੇ ਸਾਲ 12 ਜੂਨ 2013 'ਚ ਰੱਖਿਆ ਗਿਆ ਸੀਗਾ ਉਸ ਸਥਾਨ 'ਤੇ ਅਸੀਂ ਕੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਹਦੀ ਉਸਾਰੀ ਦੀ ਵਿੱਚ ਖਾਸ ਤੌਰ 'ਤੇ ਪੰਜੋ ਤਖਤਾਂ ਦੇ ਸਿੰਘ ਸਾਹਿਬਾਨ ਸੰਤ ਸਮਾਜ ਸਿੰਘ ਸਭਾਵਾਂ ਹੋਰ ਪੰਥਕ ਜਥੇਬੰਦੀਆਂ ਉਹਨਾਂ ਤੋਂ ਇਲਾਵਾ ਸਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਇਹਦੇ 'ਚ ਖਾਸ ਤੌਰ 'ਤੇ ਸ਼ਮੂਲੀਅਤ ਕਰਨਗੇ ਔਰ ਇਹ ਡੈਡੀਕੇਟਿਡ ਹੋਏਗੀ ਜਗ੍ਹਾ
ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਜਾਨਾਂ ਬਗੈਰ ਕਿਸੇ ਕਸੂਰ ਦੇ ਇਸ ਕਰਕੇ ਗਈਆਂ ਕਿਉਂਕਿ ਉਹ ਇੱਕ ਸਮੁਦਾਇ ਨੂੰ ਬਿਲੋਂਗ ਕਰਦੇ ਸੀ ਔਰ ਸਰਕਾਰ ਦਾ ਸਿਸਟਮੈਟਿਕ ਕਤਲੇਆਮ ਉਹਨਾਂ ਨੇ ਸਰਕਾਰ ਨੇ ਕੀਤਾ। ਮੈਂ ਸਮਝਦਾ ਵਾਂ ਕਿ ਇੱਥੇ ਹਮੇਸ਼ਾ ਸ਼ਾਂਤੀ ਦੀ ਗੱਲ ਹੋਏਗੀ, ਇੱਥੇ ਹਮੇਸ਼ਾ ਸ਼ਬਦ ਕੀਰਤਨ ਦੇ ਗਾਇਨ ਹੋਣਗੇ। ਇਸ ਸਥਾਨ ਦੇ ਉੱਤੇ ਕਿਸੇ ਕਿਸਮ ਦੀ ਕੋਈ ਪੋਲੀਟੀਕਲ ਐਕਟੀਵਿਟੀ ਬਿਲਕੁਲ ਨਹੀਂ ਹੋਏਗੀ। ਇਹ ਉਹਨਾਂ ਨੂੰ ਵੀ ਸਮਰਪਿਤ ਹੈ ਜਿਨ੍ਹਾਂ ਲੋਕਾਂ ਨੇ ਸਾਡੀਆਂ ਜਾਨਾਂ ਬਚਾਈਆਂ। ਜੇ ਉਹ ਸਾਡੀਆਂ ਜਾਨਾਂ ਨਾ ਬਚਾਉਂਦੇ ਉਹ ਦੂਜੇ ਕਮਿਊਨਿਟੀ ਦੇ ਲੋਕ, ਜੇ ਅਸੀਂ ਅੱਜ ਤੁਹਾਡੇ ਸਾਹਮਣੇ ਪ੍ਰੈਸ ਕਾਨਫਰੰਸ ਨਾ ਕਰ ਰਹੇ ਹੁੰਦੇ, ਜਿਨ੍ਹਾਂ ਨੇ ਵੀ ਉਸ ਵਕਤ ਆਪਣਾ ਜਾਨ ਮਾਲ ਦਾ ਨੁਕਸਾਨ ਕੀਤਾ ਦੂਜੀ ਕਮਿਊਨਿਟੀ ਦੇ ਲੋਕਾਂ ਨੇ, ਇਹ ਉਹਨਾਂ ਨੂੰ ਵੀ ਸਮਰਪਿਤ ਹੈ ਔਰ ਇਹ ਯਾਦਗਾਰ ਨਵੰਬਰ 1984 ਦੇ ਨੂੰ ਸਮਰਪਿਤ ਹੈ। ਇਹਦਾ ਡਿਜ਼ਾਈਨ ਇੱਕ ਦੀਵਾਰ ਹੋਏਗੀ ਜਿਸ ਦੇ ਉੱਤੇ ਨਾਮ ਜਿਹੜੇ ਅਥੈਂਟੀਕੇਟਡ ਹੋਣਗੇ ਉਹ ਆਉਣਗੇ। ਇੱਥੇ ਇੱਕ ਰੌਕ ਹੋਏਗੀ, ਇੱਥੇ ਇੱਕ ਅਸੀਂ ਫੁਵਾਰਾ ਜਾਂ ਕੋਈ ਵਾਟਰ ਬਾਡੀ ਇੱਥੇ ਹੋਏਗੀ ਔਰ ਇਹੋ ਜਿਹਾ ਇੱਥੇ ਸਾਡਾ ਪ੍ਰੋਗਰਾਮ ਉਲੀਕਿਆ ਔਰ ਇਹ ਕੰਪੀਟੀਸ਼ਨ ਤੋਂ ਬਾਅਦ ਇਹਦਾ ਨਕਸ਼ਾ ਫਾਈਨਲ ਕੀਤਾ ਗਿਆ। ਦੇਖੋ ਇਹ ਲਗਭਗ 18 ਮਹੀਨਿਆਂ ਦੇ ਅੰਦਰ ਬਣ ਕੇ ਯਾਦਗਾਰ ਤਿਆਰ ਹੋਊਗੀ ਔਰ ਇਹਦੀ ਅਜੇ ਐਸਟੀਮੇਟਡ ਕੋਸਟ 'ਤੇ ਕੋਈ ਵਰਕਆਊਟ ਨਹੀਂ ਖਾਸ ਕੀਤੀ ਗਈ, ਲੇਕਿਨ ਬਹੁਤ ਜ਼ਿਆਦਾ ਕੋਈ ਇਹਦੀ ਐਸਟੀਮੇਟਡ ਕੋਸਟ ਨਹੀਂ, ਪਰ ਜਿੰਨੀ ਵੀ ਹੋਊਗੀ ਇਹ ਸੰਗਤ ਨੇ ਪਹਿਲਾਂ ਹੀ ਬਹੁਤ ਹਰ ਤਰੀਕੇ ਦਾ ਯੋਗਦਾਨ ਪਾ ਰਹੀ ਆ। ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਲੋਕਾਂ ਦਾ ਇਹਦੇ 'ਤੇ ਕਾਲ ਆ ਰਹੀਆਂ ਨੇ ਕਿ ਅਸੀਂ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਾਂ ਔਰ ਖਾਲੀ ਸਿੱਖ ਸੰਗਤ ਹੀ ਨਹੀਂ ਪਰ ਦੁਨੀਆ ਦੇ ਅੰਦਰ ਵਸਦੇ ਹਰ ਤਰ੍ਹਾਂ ਦੇ ਲੋਕਾਂ ਦਾ ਇਹਦੇ ਅੰਦਰ ਯੋਗਦਾਨ ਆ ਰਿਹਾ ਹੈ ਔਰ ਸਾਨੂੰ ਇਸ ਗੱਲ ਦਾ ਪੂਰਾ ਯਕੀਨ ਆ ਕਿ ਬਹੁਤ ਹੀ ਜਲਦੀ ਵੱਧ ਤੋਂ ਵੱਧ ਸੰਗਤ ਵਿੱਚ ਯੋਗਦਾਨ ਵੀ ਆਊਗਾ ਔਰ ਟਾਈਮ ਪੀਰੀਅਡ ਤੋਂ ਪਹਿਲਾਂ ਹੀ ਇਹ ਯਾਦਗਾਰ ਬਣ ਕੇ ਤਿਆਰ ਹੋਊਗੀ। ਦੇਖੋ ਦੀਵਾਰ ਦੀ ਇੱਕ ਡਿਜ਼ਾਈਨ ਆ ਗਿਆ ਜਿਸ ਦੇ 'ਚ ਹਾਈਟ ਦਾ ਅਸੀਂ ਇਸ ਕਰਕੇ ਨਹੀਂ ਤੈਅ ਕਰ ਪਾ ਰਹੇ ਕਿਉਂਕਿ ਉਹ ਨਾਮ ਕਿੰਨੇ ਹੋਣਗੇ। ਫਿਲਹਾਲ ਸਾਡੇ ਕੋਲ 4,000 ਦੇ ਕਰੀਬ ਨਾਂ ਆ ਚੁੱਕੇ ਨੇ ਔਰ ਉਹ ਸਾਨੂੰ ਉਮੀਦ ਹੈ ਕਿ ਜਿਹੜੇ ਬਾਹਰ ਬੁਖਾਰਾ ਤੋਂ, ਰੂਰਕੇਲਾ ਤੋਂ ਔਰ ਜਿਹੜੇ ਕਾਨਪੁਰ ਤੋਂ ਬੰਦੇ ਜਿਹੜੇ ਉੱਥੇ ਮਾਰੇ ਗਏ ਸਨ ਬੇਕਸੂਰ, ਉਹਨਾਂ ਦੇ ਨਾਂ ਹਾਲੇ ਆਉਣੇ ਬਾਕੀ। ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਫੂਲ ਵਿਖੇ ਬਣਨ ਵਾਲਾ ਵੈਟਨਰੀ ਕਾਲਜ ਅਤੇ ਹਸਪਤਾਲ ਪੰਜਾਬ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਿਤ ਹੋਏਗਾ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੈਟਨਰੀ ਕਾਲਜ ਅਤੇ ਹਸਪਤਾਲ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਦੇ ਸ਼ੁਰੂ ਹੋਣ ਦੇ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਆਪਣੇ ਪਸ਼ੂਆਂ ਦੇ ਇਲਾਜ ਲਈ ਹਰ ਆਧੁਨਿਕ ਸਹੂਲਤ ਮਿਲੇਗੀ, ਉੱਥੇ ਹੀ ਨੌਜਵਾਨਾਂ ਨੂੰ ਵੈਟਨਰੀ ਦੀ ਉਚੇਰੀ ਪੜ੍ਹਾਈ ਦੇ ਲਈ ਬਾਹਰ ਨਹੀਂ ਜਾਣਾ ਪਏਗਾ। ਇਸ ਮੌਕੇ ਕੈਨੇਡਾ ਦੀ ਸਾਬਕਾ ਪਾਰਲੀਮੈਂਟ ਮੈਂਬਰ ਰੂਬੀ ਢੱਲਾ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਡਾਕਟਰ ਵਿਜੇ ਕੁਮਾਰ ਤਨੇਜਾ ਨੇ ਵੀ ਜਨਤਾ ਨੂੰ ਸੰਬੋਧਨ ਕੀਤਾ। ਤਲਵੰਡੀ ਸਾਬੋ 'ਚ ਬੀਜ ਨਾ ਮਿਲਣ ਕਰਕੇ ਨਿਰਾਸ਼ ਕਿਸਾਨਾਂ ਨੇ ਸਥਾਨਕ ਖੇਤੀਬਾੜੀ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਏ ਕਿਸਾਨਾਂ ਨੇ ਦੱਸਿਆ ਕਿ ਸਾਉਣੀ ਦੀ ਫਸਲ ਦੀ ਬਿਜਾਈ ਦੇ ਲਈ ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਕਣਕ ਦਾ ਬੀਜ ਦਿੱਤਾ ਜਾਣਾ ਸੀ, ਜਿਸ ਵਾਸਤੇ ਮਹਿਕਮੇ ਨੇ ਸਾਰੇ ਕਿਸਾਨਾਂ ਤੋਂ ਜ਼ਮੀਨ ਦੇ ਰਕਬੇ ਦੇ ਹਿਸਾਬ ਦੇ ਨਾਲ ਫਾਰਮ ਵੀ ਭਰਵਾਏ ਸਨ, ਪਰ ਹੁਣ ਬੀਜ ਦੇਣ ਤੋਂ ਟਾਲ ਮਟੋਲ ਕਰਦਿਆਂ ਡਰਾ ਯੋਜਨਾ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਉਧਰ ਜਦੋਂ ਇਸ ਸਬੰਧੀ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਦੇ ਜ਼ਿਆਦਾ ਫਾਰਮ ਭਰੇ ਜਾਣ ਕਰਕੇ ਬੀਜ ਦੇਣ ਤੋਂ ਅਸਮਰੱਥਾ ਜਤਾਉਂਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਹੁਣ ਇਹ ਕਹਿੰਦੇ ਆ ਵੀ ਪਹਿਲਾਂ ਤਾਂ ਕਹਿੰਦੇ ਸੀ ਲੱਕੀ ਡਰਾ ਕੱਢਾਂਗੇ, ਲੱਕੀ ਡਰਾ ਕੱਢਣ ਦਾ ਰੌਲਾ ਪੈ ਗਿਆ, ਉਸ ਤੋਂ ਬਾਅਦ ਹੁਣ ਕਹਿੰਦੇ ਵੀ ਅਸੀਂ ਇੱਕ ਇੱਕ ਦੋ ਦੋ ਗੱਟੇ ਦੇਵਾਂਗੇ ਲੋਕਾਂ ਨੂੰ। ਤੇ ਇਹ ਹਰੇਕ ਬੰਦੇ ਨੂੰ ਇੱਥੇ ਇਹ ਵੀ ਪਤਾ ਵੀ ਜਿਹੜੇ ਇਹਨਾਂ ਦੇ ਚਹੀਤੇ ਬੰਦੇ ਆ ਜਾਂ ਨੇੜੇ ਦੇ ਬੰਦੇ ਆ ਉਹਨਾਂ ਨੂੰ ਮੰਨ ਲਓ 20-30 ਗੱਟੇ ਵੀ ਦੇਣਗੇ, ਤੇ ਘੱਟੋ ਘੱਟ ਅਸੀਂ ਇਹ ਕਹਿੰਦੇ ਹਾਂ ਵੀ 5 ਏਕੜ ਦਾ ਬੀਜ ਹਰੇਕ ਕਿਸਾਨ ਨੂੰ ਘੱਟੋ ਘੱਟ 5 ਏਕੜ ਦਾ ਬੀਜ ਦਿੱਤਾ ਜਾਵੇ ਤੇ ਸਭ ਨੂੰ ਬਰਾਬਰ ਦਾ ਬੀਜ ਇੱਕੋ ਸਬਸਿਡੀ ਤੇ ਇੱਥੇ ਦਿੱਤਾ ਜਾਵੇ। ਜਿੰਨਾ ਸਾਡੇ ਕੋਲ ਬੀਜ ਹੈ ਉਹ ਤੇ ਨਾਲੋਂ ਐਪਲੀਕੇਸ਼ਨ ਨਾਲ ਡਬਲ ਹੋ ਗਿਆ। ਉਹ ਫਿਰ ਅਸੀਂ ਮਤਲਬ ਡੀ ਸਾਹਿਬ ਦੀ ਪ੍ਰਧਾਨਗੀ ਮੀਟਿੰਗ ਹੋਈ ਸੀਗੀ, ਡੀ ਸਾਹਿਬ ਨੇ ਕਮੇਟੀ ਬਣਾਈ ਹੈ, SDM ਸਾਹਿਬ ਉਹਦੇ ਚੇਅਰਮੈਨ ਨੇ, ਮੈਂ ਬਲਾਕ ਖੇਤੀ ਉਡਾਸਰ ਉਹਦਾ ਮੈਂਬਰ ਹਾਂ ਅਤੇ ਇੱਕ ਸੁਰਿੰਦਰ ਕੁਮਾਰ ਸਾਡੇ ADO ਕੋਈ ਮੈਂਬਰ ਨੇ। ਉਹ ਕਮੇਟੀ ਡਰਾ ਕੱਢੂ ਵੀ ਜਿਹਦਾ ਡਰਾ ਆ ਗਿਆ ਐਪਲੀਕੇਸ਼ਨਾਂ ਸਾਰੀਆਂ ਲੈ ਲਈਆਂ ਤਕਰੀਬਨ 5,555 ਮਤਲਬ ਐਪਲੀਕੇਸ਼ਨ, ਉਹਨਾਂ 'ਚੋਂ ਜਿਹਦਾ ਡਰਾ ਆਈ ਗਿਆ ਉਸ ਹਿਸਾਬ ਨਾਲ ਅਸੀਂ ਐਪਲੀਕੇਸ਼ਨ ਮਤਲਬ ਕਣਕ ਅਸੀਂ ਉਹਨਾਂ ਨੂੰ ਦੇਵਾਂਗੇ। ਪੰਜਾਬ ਦੇ ਵਿੱਚ ਭਰੂਣ ਹੱਤਿਆ ਨੂੰ ਰੋਕਣ ਦੇ ਲਈ ਅਤੇ ਲੋਕਾਂ ਨੂੰ ਭਰੂਣ ਹੱਤਿਆ ਦੇ ਖਿਲਾਫ਼ ਜਾਗਰੂਕ ਕਰਨ ਦੇ ਲਈ ਬਲਾਕ ਦਿੜਬਾ ਦੇ ਪਿੰਡ ਟਡਿਆਲ ਅਤੇ ਸ਼ਹਿਰ ਦਿੜਬਾ ਦੇ ਗੀਤਾ ਭਵਨ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਰੂਣ ਹੱਤਿਆ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਖਾਸ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਭਰੂਣ ਹੱਤਿਆ ਨੂੰ ਰੋਕਣ ਦੇ ਲਈ ਇਸ ਸਮਾਗਮ ਦੀ ਰੱਜ ਕੇ ਸ਼ਲਾਘਾ ਕੀਤੀ ਗਈ। ਖੜੀ ਹੋ ਇਸ ਤਰ੍ਹਾਂ ਤੂੰ ਗੁਰਦੁਆਰੇ ਵਿੱਚ ਆ ਕੇ ਮੱਥਾ ਟੇਕਿਆ।
उत्ते जा रहे ने और उत्थों लगता है कि वेयरनेस कैंप लगवाए सके जिते सी आप जनता को जानकारी देने की कोशिश की कि साडे देश दे विच कुड़ियां दी आबादी जिहड़ी है घट रही है विवाद घट रहा है इहनू वधाउणा है ते इहदे लई सरकार साडे कोल किस किस तरीके नाल मदद कर रही है इहदे सिवाय औरतां लई कुड़ियां लई किहड़ी किहड़ी सुविधावां लई किहड़ी किहड़ी जानकारियां किहड़ी किहड़ी प्रोग्राम्स है जो अपनी कुड़ियां लई चलाए जा रहे ने असी इस अज दे अपने अवेयरनेस कैंप दे राहीं कोशिश की कि ज़्यादा तो ज़्यादा जनता नूं इहदे बारे पता चले। पंजाब दे मुख मंत्री प्रकाश सिंह बादल अते उप मुख मंत्री सुखबीर सिंह बादल वल्लों पछड़ियां श्रेणियां दा म्यार उच्चा चुकण दे लई कई योजनावां नूं पिंडां तक पहुंचाउण दे लई भुपिंदर सिंह वासी पिंड सूरत दी पंडोली नूं जिला पटियाला दा जनरल सकत्तर नियुक्त कीता गया है जिस दे लई बीते दिनी श्रोमणी अकाली दल वल्लों एमसी विंग दे जिला प्रधान जसपाल सिंह कल्याण ने भुपिंदर सिंह नूं पंजाब सरकार दे मुख मंत्री प्रकाश सिंह बादल वल्लों नियुक्त कीता गया। भुपिंदर सिंह नूं नियुक्ति पत्र देण मौके उन्हां दे घर विच इकट्ठ किया गया सी जिस विच सैकड़े की गिनती विच अकाली दल बादल दे वर्कर अते होर आगू साहबान मौजूद सन। महंगाई दे दौर विच आम आदमी नूं एक बार फिर तो राहत मिल सकती है। केंद्र सरकार एक बार फिर पेट्रोल ते डीजल की कीमत विच 2 रुपए प्रति लीटर तक की कमी करन जा रही है। संभावना है कि यह कटौती कल देर रात तक लागू हो जाएगी। अंतराजी बाजार विच कच्चे तेल की कीमत विच आई गिरावट की वजह नाल यह संभव हो रहा है। इस तो पहला 18 अक्टूबर नूं डीजल की कीमत विच 3.75 रुपए प्रति लीटर की कमी की गई सी। उत्थे पेट्रोल की कीमत भी 2 रुपए प्रति लीटर कटाई गई सी। गौरतलब है कि अंतराजी बाजार च कच्चे तेल की कीमत विच करीब 25% की गिरावट आई है। इसे दे चलदिआं देश विच पेट्रोल ते डीजल की कीमत विच कमी आउंदी है। यही वजह है कि इसका सीधा सीधा फायदा देश की आम जनता को हो रहा है। ते जांदे जांदे एक बार फिर नजर पावांगे हुण तक दीआं सुर्खियां ते। महाराष्ट्र के पहले मुख्यमंत्री वजों देवेंद्र फडणवीस की अज ताजपोशी। 10 होर मंत्री भी चुक सकते ने सौं। शिवसेना रहेगी समागम तो दूर। लोह पुरश सरदार वल्लभ भाई पटेल के जन्म दिवस मौके अज प्रधानमंत्री नरेंद्र मोदी ने रन फॉर यूनिटी दिखाई हरी झंडी। इंदिरा गांधी भी किया गया याद। 1984 के सिख विरोधी दंगे के शहीदों की याद में गुरद्वारा रकाबगंज साहब में बनेगी यादगार। कल तो शुरू होगा उसारी का काम। महंगाई के दौर में आम जनता के लिए चंगी खबर। पेट्रोल ते डीजल की कीमत में 2 रुपए प्रति लीटर तक की आज हो सकती है कमी। खबरों का सिलसिला इतने ही मुकदा है। कुछ होर खबर लैके फिर मिलेंगे। तद तक इजाजत दो।